ਉਹਨਾਂ ਫਰਮਾਇਆ ਕਿ ਤੂੰ ਕੌਣ ਏ? ਉਹ ਆਖਣ ਲੱਗਾ ਇਨਮਾ ਅਨਾ ਰਸੂਲ ਰੱਬਿਕ, ਮੈਂ ਤੇਰੇ ਰੱਬ ਦਾ ਭੇਜਿਆ ਹੋਇਆ ਆਇਆ, ਮੈਂ ਅੱਲਾ ਦਾ ਭੇਜਿਆ ਹੋਇਆ ਫਿਰਿਸ਼ਤਾ ਗਾ, ਅਤੇ ਇਹ ਜਿਹੜੀ ਮੈਂ ਸ਼ਕਲ ਲੈ ਕੇ ਆਇਆ ਖਲਾਂ, ਇਹ ਵੀ ਮੈਂ ਖੁਦ ਪਸੰਦ ਨਹੀਂ ਫਰਮਾਈ, ਇਹ ਮੈਨੂੰ ਸ਼ਕਲ ਅਤੇ ਝੋਲਾ ਦੇ ਕੇ ਅੱਲਾ ਨੇ ਮੈਨੂੰ ਖਲਿਆ ਹੈ। ਅੱਲਾ ਦੇ ਹਰ ਕੰਮ ਦੇ ਅੰਦਰ ਹਿਕਮਤਾਂ ਹਨ, ਅੱਲਾ ਨੇ ਇਹ ਝੋਲਾ ਪਵਾ ਕੇ ਖਲਿਆ, ਅਤੇ ਮਰੀਅਮ ਸਿੱਦੀਕਾ ਦੀ ਹਕੀਕਤ ਅੱਲਾ ਨੇ ਜ਼ਾਹਿਰ ਫਰਮਾ ਦਿੱਤੀ, ਹਾਲਾਂਕਿ ਅੱਲਾ ਫਰਮਾਉਂਦਾ ਇਨਲਾ ਹਸਤਫਾ ਕੇ ਵਤਾਹਰ ਕੇ, ਅੱਲਾ ਨੇ ਤੈਨੂੰ ਮੁਤਾਹਰ ਅਤੇ ਮੁਕੱਦਸ ਵੀ ਬਣਾਇਆ ਹੈ, ਅੱਲਾ ਨੇ ਤੈਨੂੰ ਚੁਣਿਆ ਵੀ ਹੈ, ਮਗਰ ਭਾਵੇਂ ਅੱਲਾ ਦੀ ਚੋਣ ਵੀ ਕਿਉਂ ਨਹੀਂ, ਮਗਰ ਅੱਲਾ ਦੇ ਕਮਾਲਾਂ ਵਿੱਚ ਸ਼ਰੀਕ ਹੋ ਸਕਦੀ। ਅਸਾਂ ਹੀ ਆਨੇ ਆ ਨਾ ਵੀ ਇਹ ਮੀਆਂ ਅੱਲਾ ਦੇ ਰੱਤੇ ਹੋਏ ਬੰਦੇ ਨੇ, ਨੇਕ ਹਨ, ਵਲੀ ਹਨ, ਇਹ ਮੀਆਂ ਅੱਲਾ ਦੇ ਚੁਣੇ ਹੋਏ ਬੰਦੇ ਨੇ। ਇਹ ਤਾਂ ਹੈ ਨਾ ਤੇਰੀ ਮੇਰੀ ਗੱਲ ਕਿ ਅੱਲਾ ਦੇ ਰੱਤੇ ਹੋਏ ਹਨ, ਇਹ ਅੱਲਾ ਪਿਆਦਾ ਹੈ ਜੋ ਇਸਤਫਾ ਕੇ ਮੈਂ ਰੱਬ ਦੀ ਚੋਣ ਵੀ ਇਹ ਔਰਤ ਮਰੀਅਮ ਸਿੱਦੀਕਾ ਹੈ ਜਿਸ ਨੂੰ ਅੱਲਾ ਚੁਣਿਆ ਹੈ, ਅੱਲਾ ਦੀ ਚੋਣ ਨੂੰ ਵੀ ਅੱਲਾ ਇਹ ਕਮਾਲ ਨਹੀਂ ਦਿੱਤਾ ਕਿ ਪਰਦਿਆਂ 'ਚ ਵੇਖਣ ਦੀ ਕੁਵਤ ਅਤੇ ਤਾਕਤ ਰੱਖੇ, ਅੱਲਾ ਨੇ ਸਮਝਾ ਦਿੱਤਾ ਹੈ ਜੇ ਜਾਏ ਕਿ ਮੈਂ ਰੱਬ ਦਾ ਜਿਤਣਾ ਹੀ ਪਸੰਦੀਦਾ ਕਿਉਂ ਨਾ ਹੋਵੇ, ਮੈਂ ਰੱਬ ਦੀ ਜ਼ਾਤੋ ਸਿਫਾਤ ਅਤੇ ਕਮਾਲਾਤ 'ਚ ਸ਼ਰੀਕ ਨਹੀਂ ਹੋ ਸਕਦਾ। ਜਿਬਰਾਈਲ ਅਮੀਨ ਨੇ ਫਰਮਾਇਆ ਕਿ ਮੈਂ ਇਹ ਜਿਹੜਾ ਕਮੀਜ਼ ਬਸ਼ਰੀਅਤ ਦਾ ਪਾਈ ਵਧਾ ਹਾਂ, ਇਹ ਮੈਂ ਖੁਦ ਨਹੀਂ ਪਾ ਕੇ ਆਇਆ, ਇਹ ਮੈਨੂੰ ਪਵਾਇਆ ਕਹਿਣ ਅੱਲਾ ਪਵਾਇਆ, ਲਿਹਾਜ਼ਾ ਪਰੇਸ਼ਾਨ ਨਾ ਹੋ, ਮੈਂ ਜਿਸ ਵਜ੍ਹਾ ਤੋਂ ਆਇਆ ਮੈਂ ਉਹ ਪੈਗਾਮ ਤੇਰੇ ਤੱਕ ਪਹੁੰਚਾਉਣਾ ਹੈ। ਉਹਨਾਂ ਫਰਮਾਇਆ ਅਨਾ ਰਸੂਲ ਰੱਬਿਕ, ਮੈਂ ਤੇਰੇ ਰੱਬ ਦੀ ਤਰਫੋਂ ਆਇਆ, ਅਤੇ ਮੇਰੇ ਆਉਣ ਦਾ ਮਕਸਦ ਇਹ ਹੈ ਕਿ ਉਹ ਜਿਹੜਾ ਅੱਲਾ ਪਾਕ ਤੈਨੂੰ ਆਖਿਆ ਹੈ ਹੀ ਨਾ ਕਿ ਤੇਰੇ ਵਿੱਚੋਂ ਅਸਾਂ ਇੱਕ ਬੇਟਾ ਪੈਦਾ ਕਰਨਾ ਹੈ, ਅਤੇ ਤੋਂ ਇਹ ਆਖਿਆ ਹੀ ਅੱਲਾ ਸਾਈਆ ਕਿ ਮੈਨੂੰ ਤਾਂ ਕਿਸੇ ਬਸ਼ਰ ਹੱਥ ਹੀ ਨਹੀਂ ਲਾਇਆ, ਅਤੇ ਅੱਲਾ ਤੈਨੂੰ ਫਰਮਾਇਆ ਹੈ ਕਜ਼ਾਲੇ ਕਿੱਲਾ ਹੋ ਯਖਲੁਕ ਮਾ ਯਸ਼ਾ, ਅੱਲਾ ਜਿਵੇਂ ਚਾਹੁੰਦਾ ਉਹਨੇ ਤਖਲੀਕ ਫਰਮਾ ਦਿੰਦਾ ਹੈ, ਅੱਲਾ ਹੁਣ ਉਹ ਬਸ਼ਾਰਤ ਤੇਰੇ ਵਿੱਚੋਂ ਜ਼ਾਹਿਰ ਕਰਨਾ ਚਾਹੁੰਦਾ ਹੈ, ਲੈ ਆਹ ਬਾਲਾ ਕੇ ਗੁਲਾਮਨ ਜ਼ਕੀਯਨ, ਅੱਲਾ ਕਰੀਮ ਤੈਨੂੰ ਇੱਕ ਬੜਾ ਸੁਥਰਾ ਤੇ ਤਜ਼ਕੀਆ ਨਫਸ ਵਾਲਾ ਪੁੱਤਰ ਨਸੀਬ ਕਰਨਾ ਚਾਹੁੰਦਾ ਹੈ, ਲੈ ਆਹ ਬਾਲਾ ਖੇ ਮੈਂ ਤਾਂ ਸਿਰਫ ਅੱਲਾ ਦਾ ਸੁਨੇਹਾ ਪਹੁੰਚਾਉਣ ਆ ਚੁੱਕਾ ਹਾਂ। ਤਵੱਜੋ ਕਰੋ, ਖੁਦਾ ਦੇ ਕੁਰਾਨ ਦੇ ਅੰਦਰ ਵੀ ਦੁਨੀਆ ਐਸੀ ਪਈ ਹੈ ਕਿ ਤਾਰੀਫ ਕਰਨ ਤੋਂ ਰਾਂਦੀ ਨਹੀਂ। ਉਹ ਪਤਾ ਹੈ ਇਸੇ ਆਇਤ ਨੂੰ ਬਤੌਰ ਦਲੀਲ ਦੇ ਪੇਸ਼ ਕਰੇ ਦਿਨ, ਉਹ ਆ ਦਿਨ ਦੇਖੋ ਜਿਬਰਾਈਲ ਅਮੀਨ ਆਇਆ, ਉਸ ਆਖਿਆ ਅਨਾ ਰਸੂਲ ਰੱਬਿਕ, ਮੈਂ ਤੇਰੇ ਰੱਬ ਦਾ ਭੇਜਿਆ ਹੋਇਆ, ਅਤੇ ਕਿਉਂ ਆਇਆ? ਲੈ ਆਹ ਬਲਾ ਕੇ ਗੁਲਾਮ ਮਨ ਸਕੀ ਆ, ਤਾਂ ਕਿ ਮੈਂ ਤੈਨੂੰ ਪੁੱਤਰ ਦੇਵਾਂ, ਮੈਂ ਤੈਨੂੰ। ਉਹ ਆ ਦਿਨ ਜਿਬਰਾਈਲ ਛੂਰ ਦੇ ਸਕਦਾ ਹੈ ਅਤੇ ਸਾਡੇ ਵਲੀ ਨਹੀਂ ਦੇ ਸਕਦੇ। ਦਲੀਲ ਦਿੰਦੇ ਨਾ ਬਈ ਜਿਬਰਾਈਲ ਅਮੀਨ, ਹੁਣ ਖੁਦਾ ਤਾਂ ਨਹੀਂ ਨਾ, ਖੁਦਾ ਦੀ ਮਖਲੂਕ ਹੀ ਹੈ, ਤਾਂ ਉਹ ਆਖਦੇ ਨੇ ਖੁਦਾ ਦੀ ਮਖਲੂਕ ਵੀ ਪੁੱਤਰ ਧੀਆਂ ਪੁੱਤਰ ਦੇ ਸਕਦੀ ਹੈ, ਜਿਵੇਂ ਜਿਬਰਾਈਲ ਨੇ ਮਰੀਅਮ ਨੂੰ ਪੁੱਤਰ ਦਿੱਤਾ ਹੈ, ਇੰਨੇ ਸਾਡੇ ਵਲੀ ਵੀ ਦੇ ਦਿੰਦੇ। ਚੂੰਕਿ ਅਸਾਂ ਜਿਹੜੇ ਲੋਕ ਹੈ, ਇਹ ਸਾਨੂੰ ਇਹ ਮੌਲਵੀ ਕਿਉਂ ਥਿੜਕਦੇ ਨੇ, ਉਹਦੀ ਕਮਜ਼ੋਰੀ ਸਾਡੇ ਆਪਣੇ ਅੰਦਰ ਹੈ ਕਿ ਅਸਾਂ ਕਦੀ ਖੁਦਾ ਦੇ ਕੁਰਾਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਨਹੀਂ।
इस वास्ते सानू जिमें कलंदर बांदर नू नचाई रखदा है, रिछ नू नचाई रखदा है, सानू भी मौलवी साड़ी महार फद के नचाई रखदे न। असाने बल्ले बल्ले सुभान अल्लाह हजरत होरी कुरान बैठे पढ़दे हैं, इन्ना कुरान च साबित कर दिता है भाई दुए अल्लाह दे वली भी धिया पुत्र दे लेंदे हैं। असा नारे तो नारा ठोक देने हैं, ओदी वजह यह है कि मौलवी समझेंदा है कि मेरी कौम है उल्लू दी पट्ठी, मैं इसनू जिमें नचाई रखिया इन्ना नचदे रहना है, इन्ना न कुरान नू समझना ते ना असा सूरा मौलियां दी हकीकत दायरा नू पता चलना। भाइयो अल्लाह दे कुरान नू समझया करो, इहदे वास्ते किसे मौलवी कोल जावण दी जरूरत नहीं, कम अज कम एक या दो जमात त पढ़े होए से और कुछ ना कुछ तो समझ आंदी है। तर्जमे वाले कुरान नू वेख्या कर, तर्जमा पढ़िया कर, जो जो खुदा दे कुरान नाल मोहब्बत ज्यादा पैदा करे से खुदा दी कसम अल्लाह पाक तेरे दिल दे अंदर नूर ईमान पैदा कर देना। पर तू मुड्ढू कुरान दे नेड़े लगदा ही नहीं। ये तो अल्लाह पाक ने खुद जिब्राइल पे आता है कि आना रसूल रब्बिक, तो जवाब तो विचे खलोता है सवाल दा। उस आप खुद आख्या है कि मैं तेनू छूअर देवे नहीं आया, रसूल रब्बिक मैं खले होया कहिंदा आया खलोता, जवाब तो उस विचे दे दिता है। मगर जेड़े बैठे होंदे खुदा दे कुरान दे डाकू ते चोर, ओ ऐसा परता मार के ते कौम नू फोलू बनाइंदे हैं कि अगला ये समझो कि बल्ले बल्ले तो कुरान च साबित हो गया। हालांकि जिब्राइल अमीन ने ले अहबला के गुलामन ज़किया दे जिक्र करन तू पहले फरमाया डर नहीं आना रसूल रब्बिक, मैं कहीं दा खले होया आया खला, तेरे रब दा खले होया आया। अल्लाह दा कुरान फरमांदा है, वेखे ने भाई अल्लाह ने वाकया भी बयान फरमाया, नाल नाल अल्लाह पाक अपनी वहदानियत दे मसले भी बयान फरमाए। सिर्फ वाकया नू वाकया करके नहीं सुनींदा बल्कि अल्लाह दी तौहीद दियां हिकमतां भी समझण दी कोशिश करींदी है। मरियम सिद्दीका दे गरीबान दे अंदर जिब्राइल अमीन ने फूक मारी, जो ही उन्होंने फूक मारी है मरियम सिद्दीका नू कुछ दिन दे बाद महसूस हो गया कि मैं तो हामला हो चुकी हूँ, क्योंकि रांदियां ना है कले सुलेमानी दे अंदर, उत्थे जड़े दुए लोग आबिद जायद इबादत गुजार लोग रांदे हैं, उन्होंने एक दिन मरियम सिद्दीका दी कैफियत हालत नू जदा वेखिया है वह बड़े मुतहय्यर ते हैरान हो गए। वो आखन लगे कि बल्ले बल्ले एक बने आए, ये तो बड़ी आबेदा जायदा मुत्तकी औरत आई, एक बने आए आखिरकार एक बंदे ने जुरत करके ते मरियम सिद्दीका दे करीब हो के सवाल चकीता, वो कहन लगा ए मरियम ये जितने भी दरख्त खलोते बगैर बीज दे ता कोई बूटा जमदा नहीं है, समझे ने, बगैर बीज दे तो कोई पौधा निकलता नहीं है। ते वल अगों मरियम सिद्दीका आबेदा जायदा आई, वो आखन लगी वाकई इंजे, मगर वो अल्लाह दा बंदा मैनू ये दसा जदा पहले दिन तू अल्लाह बूटा लाया ही उदो बी किथे मौजूद आई, बी तो बाद च बने ना,
ਜਦੋਂ ਪਹਿਲੇ ਦਿਨ ਅੱਲਾ ਨੇ ਬੂਟਾ ਲਾਇਆ ਹੈ ਉਦੋਂ ਵੀ ਕਿੱਥੇ ਆ, ਅਤੇ ਅੱਗੋਂ ਉਸਨੂੰ ਸਮਝ ਆ ਗਈ, ਉਹਨੂੰ ਪਤਾ ਲੱਗ ਗਿਆ ਕਿ ਇਹ ਇੱਕ ਅੱਲਾ ਦੀ ਕੁਦਰਤ ਦਾ ਕਰਿਸ਼ਮਾ ਹੈ। ਅੱਲਾ ਨੇ ਖੁਦ ਆਪਣੀ ਕੁਦਰਤ ਕਮਲਾ ਨਾਲ ਪੌਦਾ ਲਗਾ ਦਿੱਤਾ ਹੈ। ਖੈਰ ਬਹਰਹਾਲ ਫਿਤਰਤੀ ਤੌਰ 'ਤੇ ਔਰਤ ਦੇ ਅੰਦਰ ਸ਼ਰਮੋ ਹਯਾ ਤਾਂ ਜ਼ਰੂਰ ਆਉਂਦਾ ਹੈ। ਜੋ ਜੋ ਹਮਲਾ ਵੱਧਦੀ ਗਈ, ਦਿਲ ਦੇ ਅੰਦਰ ਪਰੇਸ਼ਾਨੀਆਂ ਵੱਧਦੀਆਂ ਗਈਆਂ। ਚਲੋ ਇਸ ਨੂੰ ਤਾਂ ਮੈਂ ਜਵਾਬ ਦੇ ਲਿਆ ਹੈ। ਬੰਦੇ ਬੰਦੇ ਨੇ ਸਵਾਲ ਕਰਨਾ, ਹਰ ਬੰਦੇ ਦਾ ਮੈਂ ਮੂੰਹ ਕਿਵੇਂ ਢੱਕ ਲੈਣਾ ਹੈ। ਇਸ ਨੂੰ ਤਾਂ ਮੈਂ ਤਸੱਲੀ ਦੇ ਦਿੱਤੀ, ਇਹਨੂੰ ਤਾਂ ਸਮਝ ਆ ਗਈ ਹੈ, ਮਗਰ ਬੰਦਿਆਂ ਦਾ ਮੂੰਹ ਬੰਦਾ ਕਿਵੇਂ ਬੰਦ ਕਰ ਸਕਦਾ ਹੈ। ਬੰਦਾ ਬੰਦੇ ਨੂੰ ਕਤਲ ਤਾਂ ਕਰ ਲੈਂਦਾ, ਮਗਰ ਕਹਿਣ ਦੀ ਜ਼ਬਾਨ ਨਹੀਂ ਫੜ ਸਕਦਾ। ਲਿਹਾਜ਼ਾ ਬੜੀ ਪਰੇਸ਼ਾਨ ਹੋ ਗਈ ਹੈ। ਜੋ ਜੋ ਇਹ ਕੰਮ ਖਿੰਡਦਾ ਗਿਆ, ਲੋਕਾਂ ਨੂੰ ਪਤਾ ਲੱਗਦਾ ਗਿਆ, ਆਖਿਰਕਾਰ ਮਰੀਮ ਸਿੱਦੀਕਾ ਨੇ ਉਹ ਮਾਬਦ ਖਾਨਾ ਛੋੜ ਦਿੱਤਾ ਹੈ, ਬਾਹਰ ਜੰਗਲ ਦੇ ਅੰਦਰ ਨਿਕਲ ਗਈ। ਜੰਗਲ ਤੇ ਰੇਤਲੇ ਟੀਲਿਆਂ ਦੇ ਅੰਦਰ ਟੁਰਦੀ ਫਿਰਦੀ ਵਧੀਆ, ਤੇ ਰੋਂਦੀ ਵੀ ਜ਼ਾਰੋ ਕਤਾਰ ਵਧੀਆ ਹੈ। ਪਿੱਛੋਂ ਮਾਂ ਨੂੰ ਵੀ ਪਤਾ ਕੋਈ ਨਹੀਂ ਕਿ ਮੇਰੀ ਧੀ ਨਾਲ ਕੇ ਪੇ ਗੁਜ਼ਰਦੀ ਹੈ। ਜੰਗਲ ਦੇ ਅੰਦਰ ਰੋਂਦੀ ਵੀ ਵਧੀਏ, ਤੇ ਹੱਤਾ ਕੇ ਮੋਏ ਚੋਂ ਕੁਛ ਜੁਮਲੇ ਐਸੇ ਕੱਢੇ ਕਿ ਉਹਦੇ ਦਰਦ ਭਰੇ ਤੇ ਗਮ ਭਰੇ ਅਲਫਾਜ਼ ਅੱਲਾ ਨੂੰ ਐਡੇ ਪਸੰਦ ਆਏ ਕਿ ਉਹਨਾਂ ਨੂੰ ਕੁਰਾਨ ਦਾ ਹਿੱਸਾ ਬਣਾ ਕੇ ਮੁਹੰਮਦ ਦੇ ਦਿਲ ਤੇ ਅੱਲਾ ਨਾਜ਼ਲ ਕਰ ਛੋੜਿਆ ਹੈ। ਰੋਂਦੀ ਵੀ ਵਧੀਏ ਤੇ ਆਦੀ ਯਾ ਲਈ ਤਨੀ ਮਿੱਤੋ ਕਬੂਲਾ ਹਾਜ਼ਾ ਨਸੀਅਨ ਮਨਸੀਆ ਮਿੱਤੋ ਕਬਲਾ ਹਾਜ਼ਾ ਹੈ, ਕਾਸ਼ ਇਸ ਵੇਲੇ ਦੇ ਆਉਣ ਤੋਂ ਪਹਿਲੇ, ਮਿੱਤੋ ਕਬਲਾ ਮੈਂ ਪਹਿਲੇ ਮਰ ਵਈਆਂ, ਅੱਜ ਦਏ ਦਿਹਾੜਾ ਔਖਾ ਮੈਨੂੰ ਨਾ ਵੇਖਣਾ ਪਵਿਆ। ਯਾ ਲਈ ਤਨੀ ਜਦ ਮੈਂ ਜੰਮੀ ਅਮ ਉਸੇ ਵਕਤ ਮੇਰੀ ਮਾਂ ਮੇਰੀ ਗਿੱਚੀ ਤੇ ਨਹੁੰ ਦੇ ਕੇ ਮਾਰ ਦੇਣੀ, ਅੱਜ ਤਾਂ ਨਸੀਅਮ ਮਨਸੀਆ ਅੱਜ ਤਾਂ ਕਹਿਣ ਨੂੰ ਪਤਾ ਵੀ ਕੋਈ ਨਾ ਹੋਵੇ ਕਿ ਮਰੀਮ ਵੀ ਕਹਿੰਦੀ ਥੀ ਆਈ ਕਿ ਕੋਈ ਨਾ, ਜੇ ਉਹਦਾ ਦੀ ਮੈਂ ਮਰ ਗਈ ਆਉਂਦੀ ਉਹ ਅੱਜ ਤਾਂ ਔਖਾ ਵੇਲਾ ਵੇਖਣਾ ਨਸੀਬ ਨਾ ਹੋਵੇ। ਰੋਂਦੀ ਵੀ ਵਧੀਏ ਨਾਲ ਤਸਲੀਆਂ ਦੇਵਣ ਵਾਲਾ ਵੀ ਕੋਈ ਨਹੀਂ ਏ, ਆਖਿਰਕਾਰ ਉਦੋਂ ਦਿਲ 'ਚ ਗਮ ਵੀ ਵੱਡਾ ਏ, ਉਦੋਂ ਦਰਦ ਸੇ ਵੀ ਸ਼ੁਰੂ ਹੋ ਗਿਆ ਏ, ਕੁਰਬੇ ਵਿਲਾਦਤ ਤੇ ਮਾ ਗਿਆ ਹੈ, ਉਦੋਂ ਦਰਦਾਂ ਦੀ ਪੀੜਾਂ ਵੀ ਸ਼ੁਰੂ ਹੋ ਗਈਆਂ, ਉਦੋਂ ਦਿਲ ਦੇ ਅੰਦਰ ਵੀ ਵੱਡਾ ਗਮ ਹੈ। ਆਖਿਰਕਾਰ ਰੋਂਦਿਆਂ ਰੋਂਦਿਆਂ ਆ ਕੇ ਇੱਕ ਖੱਜੀ ਦੇ ਨਾਲ ਟੇਕ ਲਗਾ ਕੇ ਬਹਿ ਗਈ ਹੈ। ਜਦੋਂ ਅੱਲਾ ਵੱਲ ਚੁਣਦਾ ਹੈ ਇੰਜੇ ਨਹੀਂ ਚੁਣਦਾ, ਅੱਲਾ ਕਰੀਮ ਚੁਣਦਾ ਵੀ ਉਹਨਾਂ ਨੂੰ ਏ ਜਿਨ੍ਹਾਂ ਦੇ ਸਿਰ 'ਤੇ ਗੱਠੜੀ ਚਾਵਣੀ ਵੀ ਉਹਨਾਂ ਵਾਸਤੇ ਸੌਖੀ ਆਉਂਦੀ, ਜਿਹੜੇ ਕੱਲ੍ਹ ਨੂੰ ਗੱਠੜੀ ਨੂੰ ਸੱਟ ਕੇ ਅਤੇ ਕੰਢ ਦੇ ਕੇ ਨੱਸਣ ਵਾਲੇ ਹੋਏ, ਉਹਨਾਂ ਦੇ ਸਿਰ 'ਤੇ ਅੱਲਾ ਕਦੇ ਆਪਣੇ ਦੀਨ ਦੀ ਗੱਠੜੀ ਨਹੀਂ ਰੱਖਦਾ। ਇਸ ਵਜ੍ਹਾ ਤੋਂ ਅੱਲਾ ਕਰੀਮ ਫਰਮਾਉਂਦਾ ਹੈ ਅਸਾਂ ਤੈਨੂੰ ਉਹ ਮਰੀਮ ਸਿੱਦੀਕਾ ਚੁਣਿਆ ਤਾਈ, ਕਿਉਂਕਿ ਸਾਨੂੰ ਪਤਾ ਵਾ ਸਾਡੇ ਪਾਰ ਚਾਵਣ ਦੀ ਇਹ ਤਾਕਤ ਰੱਖਦੀ। ਅੱਲਾ ਦੀ ਕਸਮੇ ਅੱਲਾ ਦਾ ਕੁਰਾਨ ਨੇ ਵੱਡਾ ਨਕਸ਼ਾ ਖੈਂਚ ਕੇ ਦੱਸ ਦਿੱਤਾ ਹੈ ਕਿ ਜਦਾ ਵੱਲ ਆ ਕੇ ਖਜੂਰ ਦੇ ਤਨੇ ਨਾਲ ਟੇਕ ਲਗਾ ਕੇ ਬੈਠੀ ਏ, ਅੱਲਾ ਫਰਮਾਉਂਦਾ ਆਓ ਲੋਗੋ ਉਹਦੀ ਹਾਲਤ ਵੀ ਮੈਂ ਰੱਬ ਤੁਹਾਨੂੰ ਦੱਸਾ ਦੇਵਾਂ। ਫਾਜ਼ਾ ਅਹਲ ਮਖਾਜ਼ੂ ਇਲਾ ਜਦੇ ਨਖਲਾ ਨਖਲਾ
ਦਿਨ ਖਜੂਰ ਨੂੰ, ਜਿਸਾ ਦਿਨ ਮੁੱਠ ਨੂੰ, ਇੱਕ ਤਨੇ ਨੂੰ ਉਹਦੇ ਨਾਲ ਆ ਕੇ ਮਖਾਜ਼ੋ ਟੇਕ ਲਗਾ ਕੇ ਬਹਿ ਗਈ ਏ, ਉੱਥੇ ਰੋਂਦੀ ਵੀ ਬੈਠੀ ਏ, ਅੱਲਾ ਹੋਇਓ ਜੂ ਬੇਪਰਵਾਹ, ਜਿਵੇਂ ਤੂੰ ਫਾਰ ਚਵਾਵੇਂ ਅਸਾਂ ਤਾਂ ਚਾ ਲਿਆ ਏ, ਮਗਰ ਹੁਣ ਜਿਵੇਂ ਚਵਾਈ ਇਹਨੂੰ ਸੌਖਾ ਵੀ ਤੂੰ ਕਰਨਾ ਹੈ। ਇਸੇ ਵਾਸਤੇ ਅੱਲਾ ਦੇ ਕੁਰਾਨ ਨੇ ਕਾਨੂੰਨ ਬਿਆਨ ਫਰਮਾਇਆ ਫਇਨਮਾ ਅਲ ਉਸਰ ਯੁਸਰਨ, ਪਹਿਲੇ ਤੰਗੀਆਂ ਹੁੰਦੀਆਂ ਵੱਲ ਸੁੱਖ ਹੁੰਦੇ। ਅੱਲਾ ਫਰਮਾਇਦਾ ਹੈ ਖਬਰਾ ਨਹੀਂ ਅਸਾਂ ਤੇਰੇ ਨਾਲ ਆਏ, ਇਹ ਚੰਦ ਖੜੀਆਂ ਇਹਨ ਤੰਗੀਆਂ ਦੀਆਂ ਇਹ ਬਰਦਾਸ਼ਤ ਕਰ ਲਏ, ਵੱਲ ਤੈਨੂੰ ਇੰਜ ਦਾ ਸੁੱਖ ਦੇਣਾ ਹੈ, ਇੰਜ ਦਾ ਤੈਨੂੰ ਪੁੱਤਰ ਦੇਣਾ ਹੈ, ਜਿਹਦੇ ਵੇਖਣ ਨਾਲ ਤੈ ਮਾਂ ਦੀਆਂ ਅੱਖੀਂ ਠਰ ਵੈਣੀਆਂ ਹਨ। ਮਗਰ ਅੱਲਾ ਪਾਕ ਤਸਲੀਅਤ ਦਿੰਦਾ ਪਿਆ, ਬਜ਼ਾਹਿਰ ਹੁਣ ਉੱਥੇ ਦੂਆ ਬੰਦਾ ਵੀ ਨਜ਼ਰ ਕੋਈ ਨਹੀਂ ਆਉਂਦਾ ਪਿਆ। ਲਿਹਾਜ਼ਾ ਅੱਲਾ ਕਰੀਮ ਫਰਮਾਉਂਦਾ ਜਦਾ ਜੂੰ ਜੂੰ ਉਹਦਾ ਦਰਦ ਵੱਧਦਾ ਗਿਆ, ਤਵੱਜੋ ਕਰ, ਤੇਰੀਆਂ ਮੇਰੀਆਂ ਧੀਆਂ ਅਤੇ ਭੈਣਾਂ ਮਾਵਾਂ ਅਤੇ ਭੈਣਾਂ ਅਤੇ ਕੁਰਬੇ ਵਿਲਾਦਤ ਦਾ ਟਾਈਮ ਆਉਂਦਾ ਹੈ, ਉਸ ਵਕਤ ਸਾਰੇ ਲੱਗਦੇ ਲੈਂਦੇ ਇਕੱਠੇ ਹੋ ਵੈਂਦੀਆਂ, ਮਾਵਾਂ ਅਤੇ ਮਾਸੀਆਂ ਅਤੇ ਫੁੱਫੀਆਂ ਅਤੇ ਭੈਣਾਂ ਸਾਰੀਆਂ ਦਾਈਆਂ ਮਾਈਆਂ ਸਿਆਣੀਆਂ ਇਕੱਠੀਆਂ ਥੀ ਵੈਂਦੀਆਂ। ਮਗਰ ਅੱਲਾ ਕਰੀਮ ਦੀ ਕੁਦਰਤ ਦਾ ਕਰਿਸ਼ਮਾ ਵੇਖ, ਭਾਰ ਵੀ ਆਪ ਚਵਾਇਆ ਅਤੇ ਵੱਲ ਇਹੋ ਜਿਹੀਆਂ ਮੁਸੀਬਤਾਂ ਵੀ ਆਪ ਦਿੱਤੀਆਂ ਹੈ, ਵੱਲ ਦੁਨੀਆਂ ਦੀ ਕਹਿ ਦਾਈ ਨੂੰ ਵੀ ਨੇੜੇ ਨਿਸ ਲੱਗਣ ਦਿੱਤਾ, ਕਹਿ ਸਿਆਣੀ ਨੂੰ ਵੀ ਨੇੜੇ ਨਿਸ ਲੱਗਣ ਦਿੱਤਾ। ਭਲਾ ਅੱਲਾ ਪਾਕ ਫਰਮਾਉਂਦਾ ਹੈ ਓਏ ਜਿਹੜਾ ਇੰਜ ਦਾ ਮੇਰੇ ਨਾਲ ਤਾਲੁਕ ਅਤੇ ਯਕੀਨ ਰੱਖਣ ਵਾਲਾ ਹੋਵੇ, ਉੱਥੇ ਜੇ ਦਾਈਆਂ ਵਾਲਾ ਕੰਮ ਆ ਜਾਏ ਉੱਥੇ ਮੈਂ ਅੱਲਾ ਵੱਲ ਖੁਦ ਆਪਣੀ ਕੁਦਰਤ ਦੇ ਕਰਿਸ਼ਮੇ ਵੀ ਖਾ ਛੁੜੇਂਦਾ ਹੋਣਾ। ਉਹ ਰੋਂਦੀ ਵੀ ਬੈਠੀ ਹੈ, ਅੱਲਾ ਕਰੀਮ ਫਰਮਾਉਂਦਾ ਹੈ ਇੱਥੇ ਤੇਰੇ ਕੋਲੋਂ ਦੂਆ ਬੰਦਾ ਤਾਂ ਕੋਈ ਨਹੀਂ ਆਏ, ਇਹੋ ਥੋੜ੍ਹੀ ਜਿਹੀ ਕੰਨ ਨੂੰ ਇਸੇ ਖਜੂਰ ਦੇ ਤਨੇ ਨਾਲ ਇੰਜ ਕਰਕੇ ਹਾਲਾਤ ਸਹੀ ਚਾ। ਅੱਲਾ ਫਰਮਾਉਂਦਾ ਹੈ ਤੂੰ ਤਾਂ ਖਜੂਰ ਵੱਲ ਨਹੀਂ ਵੇਖਣਾ ਕਿ ਸੁੱਕੀ ਹੈ ਸਿੰਨੀ ਹੈ, ਅਸਤ ਵੱਲ ਖੁਦ ਆਪਣੀ ਕੁਦਰਤ ਦਾ ਕਰਿਸ਼ਮਾ ਵੀ ਖਾ ਦੇਣਾ ਹੈ। ਅੱਲਾ ਕਰੀਮ ਫਰਮਾਉਂਦਾ ਹੈ ਇਹ ਆਪਣੀ ਕਮਰ ਨੂੰ ਖਜੂਰ ਦੇ ਤਨੇ ਨਾਲ ਥੋੜ੍ਹਾ ਜਿਹਾ ਇੰਜ ਮਸਲ ਅਤੇ ਹਲਾ ਚਾ, ਜੂ ਹੀ ਹਲੈਂਦੀ ਪਈ ਹੈ ਅੱਲਾ ਫਰਮਾਉਂਦਾ ਤੂੰ ਸਾਕ ਲਈ ਕੇ ਰੁੱਤ ਬਲ ਜਨੀ ਆ, ਇੰਨੇ ਕੰਡ ਹਲੈਂਦੀ ਗਈ ਤਾਂ ਉਹਦੀ ਝੋਲੀ ਦੇ ਅੰਦਰ ਮੈਂ ਅੱਲਾ ਕਰੀਮ ਨੇ ਤਾਜ਼ੀਆਂ ਖਜੂਰਾਂ ਸੱਟ ਦਿੱਤੀਆਂ ਹੈ। ਅੱਲਾ ਕਰੀਮ ਨੇ ਉਹ ਆਪਣੇ ਕਰਿਸ਼ਮਾ ਪਿਆ ਵੀ ਖਾਂਦਾ ਹੈ, ਜਿਵੇਂ ਬਚਪਨੇ ਦੀ ਆਲਤ ਦੇ ਅੰਦਰ ਬੇਮੌਸਮੇ ਫਲ ਅਸਾਂ ਤੈਨੂੰ ਖਵਾਈਂਦੇ ਰਹਿ ਗਏ ਹੈ, ਇੰਨੇ ਭਾਵੇਂ ਅੱਜ ਖਜੀਆਂ ਦਾ ਮੌਸਮ ਹੀ ਕੋਈ ਨਹੀਂ ਹੈ, ਕੰਡ ਹਲਾਵਣਾ ਤੇਰੇ ਜ਼ਿੰਮੇ ਹੈ ਅਤੇ ਖਜੂਰਾਂ ਦੇ ਦੇਣਾ ਕਹਿੰਦੇ ਜ਼ਿੰਮੇ ਹੈ। ਅੱਲਾਹ ਜਦਾਂ ਉਹਨਾਂ ਦੀ ਝੋਲੀ ਦੇ ਅੰਦਰ ਖਜੂਰਾਂ ਡੱਠੀਆਂ, ਅੱਲਾ ਫਰਮਾਂਦਾ ਫਕੁਲੀ ਵੇਖ ਨਹੀਂ ਤੇ ਚਾ ਕੇ ਤੇ ਖਾ ਲੈ, ਇਦੂ ਤੂੰ ਖਾਂਦੀ ਵਈ ਸੇ ਤੇ ਤੇਰਾ ਦਰਦ ਜ਼ੇ ਵੀ ਮਿਟ ਜਾਣਾ ਹੈ ਤੇ ਆਸਾਨੀ ਨਾਲ ਅਸਾਂ ਤੈਨੂੰ ਬੱਚਾ ਵੀ ਦੇ ਦੇਣਾ ਹੈ। ਉਹ ਤੂੰ ਅੱਲਾ ਕਰੀਮ ਫਰਮਾਂਦਾ ਹੈ ਫਨਾਦਾ, ਅੱਲਾ ਦੇ ਫਿਰਿਸ਼ਤੇ ਨੇ ਸੜ ਮਾਰ ਕੇ ਆਖਿਆ ਮਿਲ ਤਾ ਤੇਰਾ ਜਿਹੜੀ ਜਗਤ ਉੱਤੇ ਬੈਠੀ ਆਈ। ਅੱਲਾ ਫਰਮਾਉਂਦਾ ਉਹਦੀ ਜਾਲ ਤਲਵੇਂ ਪਾਸੇ ਅਸਾਂ ਉਹਨੂੰ ਤੱਲੂ ਕਰਕੇ ਫਿਰਿਸ਼ਤੇ ਕੋਲੋਂ ਸੱਡ ਮਰਵਾਇਆ, ਆਵਾਜ਼ ਉਹਨੂੰ ਇਹ ਦਿਵਾਈ ਆ ਕਿਹੜੀ ਗੱਲ ਦੀ, ਅੱਲਾ ਤਹਜ਼ਨੀ ਕਦ ਜਾਲਾ ਰੱਬੁਕ ਤਹਤਕ ਸਰੀਆ, ਗਮ ਨਾ ਕਰ ਪਰੇਸ਼ਾਨ ਨਾ ਹੋ ਜਿਹੜੀ ਜਗ੍ਹਾ 'ਤੇ ਬੈਠੀ ਏ, ਥੋੜ੍ਹਾ ਜਿਹਾ ਇੰਝ ਕਰਕੇ ਵੇਖ, ਇਹਨੂੰ ਜੰਗਲ ਨਾ ਸਮਝ, ਜੰਗਲ ਦੇ ਅੰਦਰ ਅਸਾਂ ਮੰਗਲ ਬਣਾ ਦੇਣੇ ਆਏ, ਜਿਵੇਂ ਜੰਗਲ ਦੇ ਅੰਦਰ ਰਾਣ ਵਾਲੀ ਖੱਜੀ ਤੂੰ ਤਾਜ਼ੀਆਂ ਖਜੂਰਾਂ ਦੇ ਦਿੱਤੀਆਂ, ਹੁਣ ਇੱਦੇ ਪਰੂ ਵੇਖਸੇ ਤਾਹ ਤੱਕ ਸਰੀ ਆ, ਅਸਾਂ ਤੈਨੂੰ ਮਿੱਠੇ ਪਾਣੀ ਦਾ ਚਸ਼ਮਾ ਵੀ ਜਾਰੀ ਕਰ ਦੇਣਾ। ਖਜੂਰ ਵੀ ਖਾ ਲਈ ਉਹਨੇ, ਪਾਣੀ ਦਾ ਘੁੱਟ ਵੀ ਭਰ ਲਿਆ ਉਹਨੇ। ਅੱਲਾ ਨੇ ਤਰੈ ਗੱਲਾਂ ਕੀਤੀਆਂ, ਕਿਤੜੀਆਂ? ਪਹਿਲੀ ਗੱਲ ਕੁਲੀ ਵਸ਼ਰਬੀ ਕਰੀ ਆਈ ਨਨ, ਕਿਤਣੀਆਂ ਹੋ ਗਈਆਂ? ਤਰੈ।
ਅੱਲਾ ਫਰਮਾਉਂਦਾ ਸਾਡੇ ਆਖੇ ਲਾ ਕੇ ਦੋ ਕੰਮ ਜਿਹੜੇ ਨਾ ਖਾ ਵੀ ਲੈ ਪੀ ਵੀ ਲੈ ਅੱਗੂ ਤ੍ਰੀਆ ਕੰਮ ਕਰ ਰਹੀ ਆਈ ਨਨ ਤੈਨੂੰ ਪੁੱਤਰ ਇੰਜ ਦਾ ਦਿੰਦੇ ਪਏ ਹੈ ਜਿਹਦੇ ਵੇਖਣ ਨਾਲ ਤੈਨੂੰ ਸਾਰੇ ਦੁੱਖ ਭੁੱਲ ਹੋਏ ਸਨ ਕਰ ਰਹੀ ਆਈ ਨਨ ਕਰ ਦਬਾਨਾ ਹੈ ਠੰਡਕ ਕਿਹੜੀ ਸ਼ਾਇ ਠੰਡਕ ਅੱਗੂ ਹੈ ਆਈਨਨ ਅੱਖ ਅੱਲਾ ਫਰਮਾਉਂਦਾ ਹੈ ਉਹ ਜਿਵੇਂ ਬੰਦਾ ਮਾਂ ਪਿਓ ਆਪਣੇ ਧੀ ਤੇ ਪੁੱਤ ਨੂੰ ਆਖਦਾ ਹੈ ਤੂੰ ਤਾਂ ਮੇਰੀ ਅੱਖਾਂ 'ਚ ਵਸਦਾ ਰਹਿੰਦਾ ਹੈ ਤੂੰ ਤਾਂ ਮੇਰੀ ਅੱਖ ਦੀ ਠੰਡਕ ਹੋਇਓ ਅੱਲਾ ਫਰਮਾਉਂਦਾ ਕਰੀ ਆਈਨਨ ਤੈਨੂੰ ਅਸਾਂ ਪੁੱਤ ਈਸਾ ਇਹੋ ਜਿਹਾ ਦਿਸਾ ਹੈ ਜਿਹਦੇ ਵੇਖਣ ਨਾਲ ਤੈਂ ਮਾਂ ਨੂੰ ਸਾਰੇ ਦਰਦ ਭੁੱਲ ਰਹੀ ਸੈ ਇੱਥਾਂ ਇੱਕ ਛੋਟਾ ਜਿਹਾ ਮਸਲਾ ਸਮਝਾਈਏ ਜਾ ਮਸਲੇ ਦੀ ਜ਼ਰੂਰਤ ਹੈ ਕਰੀ ਆਈ ਨਾ ਤੈਨੂੰ ਪੁੱਤਰ ਜਿਹੜਾ ਦਿੰਦੇ ਪਏ ਹੈ ਉਹ ਤੇਰੀ ਅੱਖਾਂ ਦੀ ਠੰਡਕ ਇਹ ਗੱਲ ਸੋਹਣੇ ਮੁਹੰਮਦ ਪਾਕ ਸੱਲੱਲਾਹੁ ਅਲੈਹਿ ਵਸੱਲਮ ਕੋਲੋਂ ਪੁੱਛਿਆ ਗਿਆ ਯਾ ਰਸੂਲ ਅੱਲਾ ਤੁਹਾਡੀ ਅੱਖਾਂ ਦੀ ਠੰਡਕ ਕਿਹੜੀ ਸ਼ੈ ਚ ਉਹ ਸਮਝਦੇ ਪਏ ਹੋ ਤੋ ਅੱਲਾ ਦੇ ਮਹਿਬੂਬ ਮੁਹੰਮਦ ਮਾਸੂਮ ਨੇ ਫਰਮਾਇਆ ਕੁਰਰਤੁ ਆਈਨੀ ਫਿਸਲਾਤ ਮੈਂ ਮੁਹੰਮਦ ਦੀ ਅੱਖਾਂ ਦੀ ਠੰਡਕ ਅੱਲਾ ਨੇ ਨਮਾਜ਼ ਬਣਾ ਜੋੜੀ ਹੈ ਮਰੀਮ ਸਿੱਦੀਕਾ ਦੀ ਅੱਖ ਦੀ ਠੰਡਕ ਈਸਾ ਬਣਿਆ ਹੈ ਤੇ ਮੁਹੰਮਦ ਪਾਕ ਦੀ ਅੱਖਾਂ ਦੀ ਠੰਡਕ ਨਮਾਜ਼ ਬਣੀ ਹੈ ਇਸੇ ਵਾਸਤੇ ਨਬੀ ਅਲੈਹਿ ਸਲਾਤੁ ਵਸਲਾਮ ਤਸ਼ਰੀਫ ਲੈ ਆਇਆ ਨਾ ਮੇਰਾਜ ਤੋਂ ਅੱਲਾ ਦੇ ਮਹਿਬੂਬ ਨੇ ਹਾਲਾਤ ਵਾਕਿਆਤ ਸਾਰੇ ਸੁਣਾਏ ਉਹ ਜਿਵੇਂ ਜਿਵੇਂ ਹੁਣ ਆਮ ਮੌਲਵੀ ਤਾਂ ਹੈ ਹੀ ਨਹੀਂ ਸੁਣਾਵਣ ਵਾਲਾ ਇਹ ਤਾਂ ਉਹ ਬੰਦਾ ਪਿਆ ਸੁਣਾਈਂਦਾ ਜਿਹੜਾ ਐਨ ਉਲ ਯਕੀਨ ਕਰਕੇ ਆਇਆ ਅੱਖਾਂ ਨਾਲ ਵੇਖ ਕੇ ਆਇਆ ਅੱਲਾ ਦਾ ਪੈਗੰਬਰ ਹੈ ਉਹ ਖੁਦ ਪਿਆ ਸੁਣਾਈਂਦਾ ਵਤ ਅੱਲਾ ਦਾ ਪੈਗੰਬਰ ਸੁਣਾਵਣ ਵਾਲਾ ਹੋਵੇ ਸੁਣਨ ਵਾਲੇ ਸਹਾਬਾ ਹੋਵੇ ਤਾਂ ਦਿਲ 'ਚ ਇਸ਼ਤਿਆਕ ਕਿਵੇਂ ਨਾ ਪੈਦਾ ਹੋਵੇ ਸ਼ੌਕ ਹੀ ਬੜਾ ਪੈਦਾ ਹੋਇਆ ਸਾਹਿਬ ਆਖਿਆ ਹਾ ਕਦੀ ਅਸਾਂ ਵੀ ਇਕੱਠੇ ਹੋਵਾਂ ਅਸਾਂ ਵੀ ਤੁਹਾਡੇ ਰੱਲੇ ਹੋਵਾਂ ਅਸਾਂ ਵੀ ਉਹ ਸਾਰੇ ਨਜ਼ਾਰੇ ਅਜਾਇਬਾਤ ਕੁਦਰਤ ਇਲਾਹੀਆ ਨੂੰ ਵਿਖਾਇਆ ਅੱਲਾ ਕਰੀਮ ਨੇ ਫਰਮਾਇਆ ਮੇਰਾ ਸੋਹਣਾ ਇਹਨਾਂ ਨੂੰ ਫਰਮਾ ਦੇ ਬਈ ਜੇ ਤੁਸਾਂ ਉੱਥੇ ਨੇ ਵੀ ਗਏ ਅਸਲਾ ਤੋ ਮਿਹਰਾਜ ਉਲ ਮੋਮਿਨੀਨ ਨਮਾਜ਼ ਨੂੰ ਸਮਝ ਕੇ ਤੁਸਾਂ ਚ ਪੜਿਆ ਕਰੋ ਮਿਹਰਾਜ ਦਾ ਸਵਾਬ ਅੱਲਾ ਖੁਦ ਨਸੀਬ ਫਰਮਾ ਦੇ ਸੀ ਮੁਸਲਮਾਨ ਦੀ ਮਿਹਰਾਜ ਅੱਲਾ ਦੇ ਪੈਗੰਬਰ ਨੇ ਨਮਾਜ਼ 'ਚ ਰੱਖੀ ਹੈ ਕਿ ਬੈਠੇ ਪੜ੍ਹਦੇ ਹੁੰਦੇ ਆ ਅਤਹੀਆਤੁ ਲਿਲਾਹ ਵਸਲਵਾਤੋ ਵਤਯਬਾਤੋ ਅਸਲਾਮੁ ਅਲੈਕਾ ਅਯੂਹਨ ਨਬੀ ਇਹ ਸਾਰੀਆਂ ਗੱਲਾਂ ਸੋਹਣੇ ਮੁਹੰਮਦ ਨੇ ਉੱਥੇ ਮਿਹਰਾਜ ਤੇ ਕੀਤੀਆਂ ਉਹ ਤਾਂ ਸਾ ਇੱਥੇ ਬੈਠੇ ਪੜ੍ਹਨੇ ਆ ਜਿਹੜੀਆਂ ਗੱਲਾਂ ਮੁਹੰਮਦ ਪਾਕ ਮਿਹਰਾਜ ਦੇ ਮੌਕੇ ਤੇ ਆਖੀਆਂ ਹਨ ਅੱਲਾ ਉਹੇ ਗੱਲਾਂ ਨਮਾਜ਼ ਵਿੱਚ ਰੱਖੀਆਂ ਹਨ ਤਾਂ ਕਿ ਜਿਹੜਾ ਮਿਹਰਾਜ ਵਾਲਾ ਕਮਾਲ ਅਸਾਂ ਮੁਹੰਮਦ ਮੁਸਤਫਾ ਨੂੰ ਨਸੀਬ ਫਰਮਾਇਆ ਹੈ ਮੇਰੇ ਉਸੇ ਪੈਗੰਬਰ ਦਾ ਕਲਮਾ ਪੜ੍ਹ ਕੇ ਉਸ ਦੀ ਸ਼ਰੀਅਤ ਦੀ ਇਤਬਾ ਕਰਕੇ ਨਮਾਜ਼ ਪੜ੍ਹਨ ਵਾਲੇ ਨੂੰ ਮੈਂ ਰੱਬ ਮਿਹਰਾਜ ਦਾ ਸਵਾਬ ਨਸੀਬ ਫਰਮਾ ਦਿੰਦਾ ਖੈਰ ਬਾਰਾ ਮਰੀਮ ਸਿੱਦੀਕਾ ਨਾ ਬੱਚੇ ਦੀ ਵਿਲਾਦਤ ਹੋ ਗਈ ਹੈ ਪਾਣੀ ਦਾ ਘੁੱਟ ਵੀ ਭਰ ਲਿਆ ਤੇ ਖਜੂਰ ਵੀ ਖਾ ਲਈ ਹੁਣ ਚੁੱਕ ਮਾਹੌਲ ਉੱਥੇ ਜੰਗਲ ਦਾ ਹੈ ਆਬਾਦੀ ਤੋਂ ਹੈ ਕੋਈ ਨਾ ਅੱਲਾ ਕਰੀਮ ਨੇ ਫਰਮਾਇਆ ਆਖਿਰ ਇਸਨੇ ਵੱਡਿਆਂ ਵੀ ਆਉਣਾ ਹੈ ਇਹਦੀ ਤਾਲੀਮ ਉਹ ਤਰਬੀਅਤ ਦਾ ਖਿਆਲ ਵੀ ਕਰਨਾ ਹੈ ਇਹਨੂੰ ਇੱਥੋਂ ਲੈ ਚੱਲ ਵਾਪਸ ਆਪਣੀ ਕੌਮ ਅਤੇ ਬਿਰਾਦਰੀ ਦੇ ਅੰਦਰ ਇੱਕ ਕੰਮ ਅੱਲਾ ਵੱਡਾ ਅਜੂਬਾ ਕਰਾਇਆ ਹੈ ਅਤੇ ਦੂਆ ਜਦਾਂ ਉਹ ਕੰਮ ਜ਼ਾਹਿਰ ਹੋ ਗਿਆ ਹੁਣ ਅੱਲਾ ਦਾ ਇਹਨੂੰ ਲੈ ਕੇ ਬਿਰਾਦਰੀ ਵਾਲੇ ਪਾਸੇ ਜਾ ਇਹ ਅਗਲੇ ਤੋਂ ਹੀ ਫਾਰਾ ਹੋਇਆ
क्योंकि चलो अगे तो हमला ते मैं जंगल दे अंदर रह के वक्त गुजार लिया हूँ जद मैं पुत्र चाके ते कौम ते बिरादरी दे सामने वेना हूँ तो हर बंदे दी अंगल मेरे आले पासे होनी है लोगों ने मैनू ताने देवने मैनू बुरा भला आखना है मगर अल अल्लाह करीम नू आधी अल्लाह साइया उन्हें जो मेरे को सवाल करना है मेरे को पुछना है कि मरियम एक दू चाके आंदी पई है तेरा तवल बगैर शादी दे किवें आ गया है अल्लाह वल मैं उन्होंने के जवाब देना है अल्लाह करीम फरमांदा है जेकर कोई तेरे को पुछे कि मरियम ए पुत्र कितों के नाई है तो तू अगू इं करना है नजर तो रहमान सवमन फलन उकल्ले मल यौम इंसिया तू इशारा करना है कि मैं आज चुप दा रोजा रखया होया है तेरी वेखो ना अल्लाह दे हर कम में कितनी हिकमत है पार चवायस वल अगू गवाही देवन वास्ते बोलन भी खुदा अल्लाह आदा जे कोई तेरे को पूछे तू आके भाई मैं आज बोलना हालांकि यो जे मौके ते तो बंदे दी कोशिश होंदी है जो मैं किसे तरीके नाल अपनी सफाई बयान कर मगर अल्लाह करीम फरमांदा है तू उन्होंने आखना है इन्नी नजर तो लिर्रहमान सौमन फलन उकल्ले मल यौम इंसियो ओ जिस वक्त तेरे को सवाल करें तू अखलन उकल्ले मल यौम इंसियन मैं तो अज भूल के भी तुहाड़ी कई गल का जवाब नहीं देना ओ अल्लाह पाक दी हर हिकमत वेखो उदू बच्चा चा के छाती नाल लैके आंदी पई है फातत बिघी कौम तहमिलू जद बच्चे चाके ते छाती नाल ला के अपनी कौम दे सामने आई है क्यों ही कौम ने वेख्या है फौरन आखन लग गया मरियम एक एक तई मरियम ओ हारून दी भैण ना तेरी माँ भैड़ी ना तेरा प्यो भैड़ ना तेरा खानदान गंदा है ते तू क्यों जी विचू गंदी माज अल्लाह पैदा हो गई है तेरे खानदान दे अंदर भी इंज दा भैड़ा कम कदी ना सुनियो ते तू उस खानदान दी है एक एक करके आई है लकद जित शई अल फरिया ਇਹ ਕੰਮ ਵੱਡਾ ਓਪਰਾ ਕਰਕੇ ਆਈਆਂ ਹੈ ਸਾਡੇ ਤਾਂ ਅਕਲ ਵੀ ਦੰਗ ਹੋ ਗਏ ਕਿ ਤੂੰ ਇਹਦੀ ਨੇਕ ਤੇ ਪਾਰਸਾ ਤੇ ਮੁਤਕੀ ਜਿਹਦੀ ਆਪਣੀ ਇਬਾਦਤ ਤੇ ਜ਼ੋਦ ਤਕਵੇ ਦੇ ਚਰਚੇ ਪਾਉਂਦੇ ਹਾਂ ਓਏ ਤੂੰ ਤਾਂ ਆਪਣੀ ਇਬਾਦਤ ਤੇ ਜ਼ਾਹਿਦ ਹੋਣ ਦੇ ਅੰਦਰ ਇਹਦੀ ਮਸ਼ਹੂਰ ਹੈ ਕਿ ਅਸਾਂ ਤੇਰੀ ਇਬਾਦਤ ਦੀਆਂ ਤੇਰੀ ਸ਼ਰਾਫਤ ਦੀਆਂ ਆਪਣੀ ਕੌਮ ਦੇ ਅੰਦਰ ਮਿਸਾਲਾਂ ਦਿੰਦੇ ਹਾਂ ਸੇ ਤੇ ਤੂੰ ਕਿਹੜਾ ਗੰਦਾ ਕੰਮ ਕਰਕੇ ਆਈ ਜਿੱਥੇ ਇੱਕ ਨਹੀਂ ਦੋ ਨਹੀਂ ਸਾਰੀ ਕੌਮ ਤਾਬੜ ਤੋੜ ਬੁਛਾੜ ਹਮਲਿਆਂ ਦੀ ਖਲੇ ਕਰਦੇ ਸਵਾਲ ਤੂੰ ਸਵਾਲ ਠੋਕੀ ਆਉਂਦੇ ਮਗਰ ਉਹ ਇੱਕੋ ਹੀ ਦੀ ਇਸ਼ਾਰਾ ਕਰਕੇ ਆਦੀ ਗਏ ਲਨ ਉਕੱਲੀ ਮਲ ਯੌਮ ਇਨਸੀਆ ਮੈਂ ਅੱਜ ਤੁਹਾਡੀ ਕਹੇ ਗੱਲ ਦਾ ਵੀ ਜਵਾਬ ਦੇ ਸਕਦੀ ਸਿਰ ਢਾਕੇ ਖਲੀ 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 ਉਹ ਕਰਦੇ ਰਹਿ ਚੁੱਪ ਕਰਕੇ ਰੋਂਦੀ ਵੀ ਰਹੀ ਸੁਣਦੀ ਵੀ ਰਹੀ ਆਂਸੂ ਵੀ ਗਿਰਦੇ ਪਏ ਹਨ ਮਾਸੂਮ ਬੱਚੇ ਵੱਲ ਵੀ ਦੇਖਦੀ ਹੈ ਉਦੋਂ ਫਿਰ ਕੌਮ ਅਤੇ ਬਿਰਾਦਰੀ ਦੇ ਤਾਨੋ ਤਸ਼ਨੀ ਵੀ ਸੁਣ ਰਹੀ ਹੈ ਸੁਣਦਿਆਂ 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 ਆਖਿਰਕਾਰ ਅੱਲਾ ਕਰੀਮ ਨੇ ਉਹਦੇ ਦਿਲ 'ਚ ਗੱਲ ਸੱਟੀ ਤੂੰ ਇੰਝ ਕਰ ਇਹ ਇੰਨੇ ਖਲੋਣਾ ਕੋਈ ਨਹੀਂ ਇਹ ਜੋ ਤੇਰੇ ਕੋਲ ਪੁੱਛਦੇ ਪਏ ਹਨ ਬਈ ਇਹ ਕਿਹਦੂ ਲੈ ਕੇ ਆਈ ਹੈ ਫਸ਼ਾਰਤ ਇਲਈ ਹੈ ਤੂੰ ਉਸ ਛੂਹਰ ਦੇ ਇਸ਼ਾਰਾ ਕਰ ਜਾ ਉਸ ਬੱਚੇ ਤੇਰੇ ਇਸ਼ਾਰਾ ਕਰ ਉਹਨਾਂ ਫਰਮਾਇਆ ਬੋਲਣਾ ਤਾਂ ਹੈ ਹੀ ਨਹੀਂ ਇਸ਼ਾਰਾ ਇਸ਼ਾਰਾ ਕੀਤਾ ਮਾਸੂਮ ਬੱਚੇ ਵੱਲ ਉਹ ਲਾ ਫੜਕੀ ਗਿਆ ਨਾ ਕਿ ਇੱਕ ਚੋਰ ਦੂਸਰਾ ਚਲਤ ਤੁਰ ਵੀ
ਇੱਕ ਬਈ ਤੂੰ ਮਾਜ਼ ਅੱਲਾ ਗੁਨਾਹ ਕਰਕੇ ਆਈ ਹੈ ਅਤੇ ਦੂਆ ਨਹੀਂ ਬੇ ਛੂਹਰ ਕੋਲੋਂ ਪੁੱਛੋ, ਸਾਡੇ ਨਾਲ ਤੂੰ ਮਜ਼ਾਕ ਕੀਤਾ ਹੋਇਆ। ਮਾਸੂਮ ਬੱਚਾ ਦੁੱਧ ਪੀਵਣ ਵਾਲਾ ਹੈ, ਉਹਦੇ ਕੋਲੋਂ ਅਸਰ ਕੇ ਪੁੱਛਣਾ ਕੈਫਾ ਨੂੰ ਕੱਲੇ ਮਮਨ ਕਾਨ ਫਿਲ ਮਾਹ ਦੇ ਸਬੀਆ। ਉਹ ਮੈਂ ਤੁਹਾਨੂੰ ਪਹਿਲੇ ਸਮਝਾਇਆ, ਅੱਲਾ ਇੱਕ ਮੌਜੂ ਲਿਖਦਾ ਹੈ, ਸਮਝਾਇਆ ਨਾ ਤੁਹਾਨੂੰ ਹੈ, ਅਤੇ ਮੌਜੂ ਦੇ ਵਿੱਚ ਅੱਲਾ ਨੇ ਫਰਮਾਇਆ ਤੈਨੂੰ ਅਸਾਂ ਪੁੱਤਰ ਦੇਵਣਾ, ਅਤੇ ਉਹ ਇੰਝ ਦਾ ਸੀ ਵਾਯੂ ਕੱਲੇ ਮੁੰਨਾਸ ਫਿਲ ਮਾਹ ਦੇ ਵ ਕਹਲਨ, ਬਚਪਨ 'ਚ ਵੀ ਗੱਲਾਂ ਕਰੇ ਸੀ ਅਤੇ ਬੁਢਾਪੇ 'ਚ ਵੀ ਗੱਲਾਂ ਕਰੇ ਸੀ। ਉਹ ਹੁਣ